ਬਹੁਰਨਾ ਮਰਨਾ ਹੋਵੇ Thank you.
ऐसे ऐसे मरने जो मरे। ऐसे मरने जो मरे। मानस जन्म दुर्लभ है। कबीर मानस जन्म मरना हो।
ਨਾ ਮਰਨਾ ਹੋਵੇ। ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਬੜਾ ਪ੍ਰਚਲਿਤ ਸਲੋਕ ਪਰ ਇਹਦੀ ਗਹਿਰਾਈ ਵਿੱਚ ਜੋ ਕੁਝ ਪਿਆ ਹੈ ਉਹਨੂੰ ਆਪਾਂ ਅੱਜ ਸਮਝਣਾ ਕਿਉਂਕਿ ਲਫ਼ਜ਼ ਮੌਤ ਨਾਲ ਸੰਬੰਧਿਤ ਹੈ ਤੇ ਇਸ ਲਫ਼ਜ਼ ਨੂੰ ਬਿਲਕੁਲ ਅਪੋਜ਼ਿਟ ਆਹਮੋ ਸਾਹਮਣੇ ਰੱਖ ਕੇ ਵਿਰੋਧੀ ਬਣਾ ਕੇ ਵਰਤਿਆ ਗਿਆ ਹੈ। ਇੱਕ ਪਾਸੇ ਇਹ ਆਖ ਦਿੱਤਾ ਗਿਆ ਕਿ ਸੰਸਾਰ ਮਰਦਾ ਮਰਦਾ ਮਰ ਰਿਹਾ ਹੈ, ਜੋ ਜਨਮੇ ਤੇ ਸੰਸਾਰ ਭਰ ਮਰਨਾ ਮਨੁੱਖ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ। ਇਹ ਇੱਕ ਕਿਰਿਆ ਹੈ ਜਿਹਦੇ ਤੋਂ ਮਨੁੱਖ ਛੁਟਕਾਰਾ ਨਹੀਂ ਪਾ ਸਕਦਾ। ਪਿਛਲੇ ਦਿਨਾਂ ਵਿੱਚ ਵੀ ਐਸੇ ਹੀ ਕੋਈ ਖਿਆਲ ਆਇਆ ਸਨ ਕਿ ਸੰਸਾਰ ਜਿਹੜਾ ਉਹ ਹੈ ਹੀ ਮ੍ਰਿਤ ਮੰਡਲ, ਮੌਤ ਦਾ ਘਰ। ਜਨਮ ਤੇ ਮੌਤ ਦਾ ਆਪਸੀ ਰਿਸ਼ਤਾ ਅਟੁੱਟ ਹੈ, ਜਿਵੇਂ ਰਾਤ ਦੇ ਦਿਨ ਦੋਨੋਂ ਵੱਖਰੇ ਵੱਖਰੇ ਨੇ ਪਰ
ਰਿਸ਼ਤਾ ਅਟੁੱਟ ਹੈ। ਅਧਿਆਪਲ ਵੀ ਕਿਸੇ ਵੀ ਬਾਣੀ ਵਿੱਚ ਦਿੱਤੀ ਗਈ ਬੜੀ ਸੋਚ ਸਮਝ ਕੇ। ਹੁਣ ਰਾਤ ਤੇ ਦਿਨ ਦੋਨੋਂ ਬਿਲਕੁਲ ਮੁਖਤਲਿਫ ਹਿੱਸਾ ਨੇ ਜ਼ਿੰਦਗੀ। ਰਾਤ ਨੂੰ ਕੋਈ ਦਿਨ ਨਹੀਂ ਆਖਦਾ, ਦਿਨ ਨੂੰ ਕੋਈ ਰਾਤ ਨਹੀਂ ਆਖਦਾ। ਰਾਤ ਦੀਆਂ ਲੋੜਾਂ ਆਪਣੀਆਂ ਨੇ, ਦਿਨ ਦੀਆਂ ਲੋੜਾਂ ਆਪਣੀਆਂ ਨੇ। ਰਾਤ ਨੂੰ ਮਨੁੱਖ ਦੀ ਜਿਹੜੀ ਕਿਰਿਆ ਹੈ ਉਹ ਸੌਣ ਦੀ, ਦਿਨ ਨੂੰ ਜਾਗਣ ਦੀ। ਰਾਤ ਦੀ ਕਿਰਿਆ ਬਿਨਾਂ ਕਿਸੇ ਆਹਟ ਦੇ ਹੈ, ਕਿਉਂਕਿ ਸੌਣਾ ਤੇ ਆਹਟ ਨਾਲ ਸੰਬੰਧ ਨਹੀਂ ਰੱਖਦਾ। ਤੇ ਦਿਨ ਦੀ ਕਿਰਿਆ ਉਦਮ ਦੀ ਹੈ, ਉੱਥੇ ਨੀਂਦ ਨਹੀਂ। ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਪਰ ਅਟੁੱਟ ਨੇ। ਹਮੇਸ਼ਾ ਦਿਨ ਨਹੀਂ ਰਹਿੰਦਾ, ਹਮੇਸ਼ਾ ਰਾਤ ਨਹੀਂ ਰਹਿੰਦੀ। ਗੁਰੂ ਨੇ ਬਾਣੀ ਵਿੱਚ ਵੀ ਐਗਜ਼ਾਮਪਲ ਦੇਣ ਲੱਗੇ ਹਾਂ, ਇਹ ਲਫ਼ਜ਼ ਬਾਰੇ ਕਿਸੇ ਤਰ੍ਹਾਂ ਵਰਤੇ ਤੇ ਕਹਿਣ ਲੱਗੇ। ਰਾਤ ਜ਼ਰੂਰ ਆਵੇਗੀ, ਦਿਨ ਤੇ ਸਰ ਪਰ ਪੌਸੀ ਰਾਤ ਜ਼ਰੂਰ ਆਵੇਗੀ। ਤੇ ਜਦੋਂ ਰਾਤ ਆ ਜਾਏ ਉਦੋਂ ਮਤ ਸਮਝੇ ਹੁਣ ਦਿਨ ਨਹੀਂ ਚੜ੍ਹੇਗਾ, ਰਾਤ ਗੁਜ਼ਰੇਗੀ, ਰਹਿਣ ਜਾਏਗੀ, ਦਿਨ ਚੜ੍ਹੇਗਾ। ਗੁਰੂ ਬਾਣੀ ਵਿੱਚ ਕਹਿੰਦੇ ਨੇ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਰਾਤ ਨੂੰ ਤਾਰੇ ਦਿਸਦੇ ਨੇ, ਦਿਨ ਨੂੰ ਸੂਰਜ ਦਿਸਦਾ ਹੈ। ਦਿਨ ਨੂੰ ਤਾਰੇ ਨਹੀਂ ਹੁੰਦੇ, ਰਾਤ ਨੂੰ ਸੂਰਜ ਨਹੀਂ ਹੁੰਦਾ। ਮੁਖਤਲਿਫ ਹੈ, ਵੱਖਰੀ ਵੱਖਰੀ ਕਿਰਿਆ। ਜੇ ਮਨੁੱਖ ਚਾਹੇ ਰਾਤ ਨੂੰ ਸੂਰਜ ਵੇਖਾਂ, ਅਸੰਭਵ ਹੈ। ਦਿਨ ਨੂੰ ਤਾਰੇ ਵੇਖਾਂ, ਅਸੰਭਵ ਹੈ। ਪਰ ਕਿਹੜੀ ਅਜੀਬ ਗੱਲ, ਦੋਨੋਂ ਵੱਖਰੀ ਵੱਖਰੀ ਕਿਰਿਆ ਹੋਣ ਦੇ ਬਾਵਜੂਦ ਆਪਸ ਵਿੱਚ ਜੁੜੇ ਹੋਏ। ਦਿਨ ਨਾਲ, ਹਰ ਇੱਕ ਦਿਨ ਨਾਲ ਰਾਤ ਜੁੜੀ ਹੋਈ। ਮੈਂ ਪਿੱਛੇ ਜਦੋਂ ਅਸੀਂ ਦਿਨ ਆਖਦੇ ਹਾਂ, ਰਾਤ ਦਾ ਮਤਲਬ ਆਪੇ ਹੀ ਨਾਲ ਆ ਜਾਂਦਾ। ਅਸੀਂ ਕਹਿੰਦੇ ਹਾਂ ਵੱਖ ਹੋ ਹੀ ਨਹੀਂ ਸਕਦਾ। ਇਹੋ ਕਾਰਨ ਹੈ ਦੁਨੀਆਂ 30 ਦਿਨ ਗਿਣਦੀ ਹੈ, ਨਾਲ ਰਾਤਾਂ ਨਹੀਂ ਗਿਣਦੀ। ਇੱਕ ਵਾਰ ਕੀਤੀ ਸੀ, ਨਾ ਰੱਖਣ ਲੱਗਿਆ ਵੀ ਸੰਡੇ, ਮੰਡੇ, ਟਿਊਜ਼ਡੇ, ਡੇ ਆਖਿਆ, ਨਾਈਟ ਕਿਸੇ ਨੇ ਆਖਿਆ।
ਡੇ ਹੈ। ਐਂ ਉਹਨੂੰ ਕੋਈ ਪੁੱਛੇ ਵੀ ਹਰ ਡੇ ਦੇ ਨਾਲ ਨਾਈਟ ਨੇ, ਉਹ ਕਹਿੰਦਾ ਇੰਨਾ ਕੌਣ ਗਿਣੇ ਡੇ, ਆਖਦੇ ਉਹ ਨਾਈਟ ਆਪੇ ਹੀ ਹੋ ਗਈ, ਨਾਈਟ ਡੇ ਤੋਂ ਵੱਖਰੀ ਹੋ ਹੀ ਨਹੀਂ ਸਕਦੀ, ਆਪਸ ਵਿੱਚ ਜੁੜੀ ਹੋਏਗੀ। ਹਰ ਦਿਨ ਆਪਣੇ ਨਾਲ ਇੱਕ ਰਾਤ ਲੈ ਕੇ ਆਉਂਦਾ। ਗੁਰੂ ਕਹਿੰਦੇ ਨੇ ਐਗਜ਼ਾਮਪਲ ਵਜੋਂ ਇਹ ਗੱਲ ਆਖ ਕੇ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਕਹਿਣ ਲੱਗੇ ਜਿਵੇਂ ਹਰ ਦਿਨ ਆਪਣੇ ਨਾਲ ਰਾਤ ਲੈ ਕੇ ਆਉਂਦਾ ਨਾ, ਇਸੇ ਤਰ੍ਹਾਂ ਹਰ ਜਨਮ ਆਪਣੇ ਨਾਲ ਮੌਤ ਲੈ ਕੇ ਆਉਂਦਾ। ਖਿਆਲ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਕਹਿਣ ਲੱਗੇ ਇਸੇ ਤਰ੍ਹਾਂ ਜੋ ਜਨਮੇ ਇਸ ਸਰ ਪਰ ਮਰਨਾ। ਜਨਮ ਦੇ ਨਾਲ ਬਹੁਤ ਜੁੜੀ ਹੋਈ ਹੈ। ਹੁਣ ਕਿਰਿਆ ਵੱਖ ਵੱਖ ਹੋਣ ਦੇ ਬਾਵਜੂਦ ਆਪਸ ਵਿੱਚ ਇਹਨਾਂ ਦਾ ਸੰਬੰਧ ਹੈ, ਜੁੜੇ ਹੋਏ ਨੇ। ਜਨਮ ਤੇ ਮੌਤ ਵੱਖ ਵੱਖ ਨਹੀਂ। ਕਿੰਨੀ ਅਜੀਬ ਗੱਲ ਹੈ, ਮਨੁੱਖ ਜਨਮ ਲਈ ਜੀਵਨ ਲਈ ਤਾਂ ਬੜਾ ਸਾਜੋ ਸਮਾਨ ਬਣਾਉਂਦਾ, ਜੀਵਨ ਨੂੰ ਸਮਝਣਾ ਵੀ ਚਾਹੁੰਦਾ। ਇਹਦਾ ਇੱਕ ਸਬਜੈਕਟ ਇੰਨਾ ਵੱਡਾ ਹੈ ਕਿ ਜਿਹਨੂੰ ਕਈ ਵਰੇ ਲਾ ਕੇ ਮਨੁੱਖ ਜਨਮ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਦਾ, ਪਰ ਕਿੰਨੀ ਅਜੀਬ ਗੱਲ ਹੈ, ਮੌਤ ਦੇ ਪਹਿਲੂਆਂ ਨੂੰ ਸਮਝਦਾ ਨਹੀਂ, ਉਹਦੇ ਬਾਰੇ ਜਾਣਕਾਰੀ ਨਹੀਂ। ਗੁਰੂ ਨੇ ਵੀ ਆਖ ਦਿੱਤਾ ਮਰ ਵੀ ਨਾ ਜਾਣਿਆ ਕੋਈ, ਮੌਤ ਨੂੰ ਕਿਸੇ ਨੇ ਜਾਣਿਆ ਹੀ ਨਹੀਂ, ਮੌਤ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤੇ ਹੁਣ ਐਡੀ ਜ਼ਿੰਦਗੀ ਦੀ, ਜੀਵਨ ਦੀ ਸਾਂਝ ਰੱਖਣ ਵਾਲੀ ਜਿਹੜੀ ਜ਼ਰੂਰੀ ਕਿਰਿਆ ਹੈ, ਉਹਨੂੰ ਬਿਲਕੁਲ ਅਛੋ ਛੱਡ ਦੇਣਾ, ਸਮਝਣਾ ਹੀ ਨਾ, ਬੜੀ ਗਲਤੀ। ਲਓ ਅੱਜ ਉਸ ਗਲਤੀ ਦਾ ਸੁਧਾਰ ਹੋ ਜਾਏ। ਬਾਬਾ ਕਬੀਰ ਜੀ ਨੇ ਉਸ ਸਬਜੈਕਟ ਨੂੰ ਅੱਜ ਛੋਇਆ ਤੇ ਕਹਿਣ ਲੱਗੇ ਆਓ ਮੈਂ ਤੁਹਾਡੇ ਨਾਲ ਅੱਜ ਗੱਲ ਹੀ ਮੌਤ ਦੀ ਕਰ। ਚਾਹੁੰਦੇ ਤਾਂ ਜੀਵਨ ਹੀ ਹੋਣਾ, ਮਨੁੱਖ ਜੀਵਨ ਚਾਹੁੰਦਾ ਬਚਪਨ ਤੋਂ ਲੈ ਕੇ, ਮਨੁੱਖ ਜੀਵਨ ਲੋੜਦਾ ਆਪਣੀਆਂ ਲੋਰੀਆਂ ਵਿੱਚ ਆਪਣੇ ਬੱਚਿਆਂ ਨੂੰ ਜੀਵਨ ਦੀਆਂ ਅਸੀਸਾਂ ਦਿੰਦਾ, ਕਿਉਂਕਿ ਜੀਵਨ ਚਾਹੁੰਦਾ। ਸਾਰੀ ਜ਼ਿੰਦਗੀ ਲੰਬੀ ਉਮਰ ਲਈ ਕਾਮਨਾ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਮੌਤ ਸਮਝੀ ਨਾ, ਜਿਹੜੀ ਚੀਜ਼ ਜ਼ਰੂਰੀ ਤੇਰੇ ਸਾਹਮਣੇ ਕਾਮਨਾ ਕਰਨ ਦੇ ਬਾਵਜੂਦ ਵੀ ਖੜੀ ਹੈ, ਨਫ਼ਰਤ ਦੇ ਡਰਨ ਦੇ ਬਾਵਜੂਦ ਵੀ ਖੜੀ ਹੈ। ਗੁਰੂ ਨੇ ਪਾਣੀ ਵਿੱਚ ਆਖਿਆ ਮਰਨੇ ਤੇ ਜਗਤ ਡਰੇ, ਜੀਵੇ ਲੋੜੇ ਸਭ ਕੋਈ, ਕੋਈ ਜੀਵਨ ਚਾਹੁੰਦਾ ਮਰਨ ਤੋਂ ਡਰਦਾ ਤੇ ਫਿਰ ਕੀ ਮਰਨ ਛੱਡ ਜਾਂਦਾ। ਕਹਿਣ ਲੱਗੇ ਤੇਰੇ ਨਾਮ ਕਬੂਲਣ ਦੇ ਬਾਵਜੂਦ ਤੇਰੇ ਸਾਹਮਣੇ ਖੜਾ,
ਜਿਵੇਂ ਰਾਤ ਦੇ ਦਿਨ ਦੇ ਨਾਲ ਰਾਤ ਖੜੀ। ਕਹਿਣ ਲੱਗੇ ਫਿਰ ਚੰਗੀ ਗੱਲ ਨਹੀਂ, ਤੂੰ ਇਹਨੂੰ ਸਮਝ ਹੀ ਲੈ, ਇਹ ਸਬਜੈਕਟ ਨੂੰ ਪੜ੍ਹ ਲੈ। ਲੋ ਬਾਬਾ ਕਬੀਰ ਜੀ ਦਾ ਇਹ ਸਲੋਕ ਹੈ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਵੇਖਿਓ ਇਸ ਕਿਸਮ ਦੇ ਸਲੋਕ ਦੋ ਥਾਂ ਤੇ। ਦੂਜੇ ਦੇ ਲਫ਼ਜ਼ ਦੂਜੇ ਸਲੋਕ ਦੇ ਨਾਲ ਵੀ ਲਫ਼ਜ਼ ਕਬੀਰ ਦਾ ਜ਼ਿਕਰ ਕਬੀਰ ਦਾ ਹੈ, ਪਰ ਉਹ ਸਲੋਕ ਬਾਬਾ ਕਬੀਰ ਦਾ ਨਹੀਂ, ਗੁਰੂ ਰਾਮਦਾਸ ਸਾਹਿਬ ਦਾ ਹੈ। ਰਾਗ ਬਿਹਾਗੜਾ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਸਲੋਕ ਹੈ, ਫਰਕ ਥੋੜ੍ਹਾ ਜਿਹਾ ਹੈ। ਉਹਦੇ 'ਚ ਗੁਰੂ ਰਾਮਦਾਸ ਸਾਹਿਬ ਦੇ ਸਲੋਕ ਵਿੱਚ ਕਬੀਰ ਲਫ਼ਜ਼ ਨਹੀਂ, ਕਬੀਰਾ ਲਫ਼ਜ਼ ਹੈ। ਇੱਥੇ ਤਾਂ ਹੈ ਨਾ ਲਫ਼ਜ਼ ਕਬੀਰ, ਮਰਤਾ ਮਰਤਾ ਜਗ ਬੋਆ, ਉੱਥੇ ਹੈ ਕਬੀਰਾ ਮਰਤਾ ਮਰਤਾ ਜਗ ਬੋਆ, ਉਹ ਗੁਰੂ ਰਾਮਦਾਸ ਸਾਹਿਬ ਦਾ, ਇਹ ਬਾਬਾ ਕਬੀਰ ਜੀ ਦਾ। ਉੱਥੇ ਇਸ ਲਈ ਕਬੀਰਾ ਕਿਹਾ ਗਿਆ ਜਿਵੇਂ ਕਿਸੇ ਨੂੰ ਸੰਬੋਧਨ ਕਰੀਦਾ ਹੈ, ਕਹਿ ਕਰਨ ਵਾਲਾ ਕਹਿਣ ਵਾਲਾ ਕੋਈ ਹੋਰ ਹੈ, ਜਿਵੇਂ ਕਿਸੇ ਨੂੰ ਸੰਬੋਧਨ ਕਰਕੇ ਆਖੀਦਾ। ਗੁਰੂ ਰਾਮਦਾਸ ਸਾਹਿਬ ਕਬੀਰ ਨੂੰ ਸੰਬੋਧਨ ਕਰਕੇ ਆਖ ਰਹੇ ਨੇ ਕਬੀਰਾ ਮਰਤਾ ਮਰਤਾ ਜਗ ਬੋਆ। ਫਰਕ ਕੀ ਹੈ? ਉੱਥੇ ਕਬੀਰਾ ਵੀ ਹੈ, ਅੱਗੇ ਸਿਰਫ ਥੋੜ੍ਹਾ ਜਿਹਾ ਫਿਰ ਫਰਕ ਹੈ। ਮਰ ਵੀ ਨਾ ਜਾਣੇ ਕੋਈ, ਇੱਥੇ ਜਾਣਿਆ ਉੱਥੇ ਜਾਣੇ, ਬਹੁਤ ਥੋੜ੍ਹਾ ਥੋੜ੍ਹਾ ਫਰਕ ਹੈ। ਉਹ ਗੁਰੂ ਰਾਮਦਾਸ ਸਾਹਿਬ ਦਾ, ਇਹ ਬਾਬਾ ਕਬੀਰ ਜੀ ਦਾ ਹੈ। ਉਹਦੇ ਵਿੱਚ ਕਬੀਰ ਹੈ, ਸੰਬੋਧਨ ਕੀਤਾ ਹੈ ਗੁਰੂ ਰਾਮਦਾਸ ਸਾਹਿਬ ਨੇ ਕਬੀਰ ਨੂੰ, ਇਹਦੇ ਵਿੱਚ ਕਬੀਰ ਆਪ ਗੱਲ ਕਰ ਰਹੇ ਹੈ। ਕਿਉਂਕਿ ਆਪਾਂ ਆਪਣੀ ਲੜੀ ਦੇ ਮੁਤਾਬਕ ਬਾਬਾ ਕਬੀਰ ਜੀ ਦਾ ਸਲੋਕ ਅੱਜ ਪੜ੍ਹ ਰਹੇ ਹਾਂ, ਤੇ ਮੈਂ ਉਸੇ ਸਲੋਕ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮਰਦਾ ਮਰਦਾ ਮਰ ਗਿਆ, ਕਿਉਂਕਿ ਹਰ ਜਨਮ ਨਾਲ ਮੌਤ ਜੁੜੀ ਹੋਈ ਸੀ, ਮਰਨਾ ਸੀ। ਪਰ ਮਰ ਵੀ ਨਾ ਜਾਣਿਆ ਕੋਈ, ਕਿਸੇ ਨੇ ਮੌਤ ਨੂੰ ਜਾਣਿਆ ਨਾ, ਮਰਦਾ ਮਰਦਾ ਮਰ ਗਿਆ। ਦੁਨੀਆ ਦਾ ਹਰ ਬਣ, ਮੈਂ ਹੁਣੇ ਅਰਜ਼ ਕੀਤੀ, ਇੱਕ ਗੱਲ ਸਮਝਣੀ ਹੈ। ਹਾਲਾਂਕਿ ਜਨਮ ਕਿੰਨਾ ਲੰਬਾ ਹੈ, ਨਹੀਂ ਜਨਮ ਲੈਣਾ ਹੈ ਕਿ ਨਹੀਂ ਲੈਣਾ, ਇਹ ਕੋਈ ਯਕੀਨਨ ਨਹੀਂ। ਮਨੁੱਖ ਨੇ ਫਿਰ ਵੀ ਜੀਵਨ ਪ੍ਰਤੀ ਬਹੁਤ ਕੁਝ ਸਮਝਿਆ, ਤੇ ਮੌਤ ਕਿਉਂਕਿ ਜ਼ਰੂਰੀ ਹੈ, ਇਹਦੇ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ।
ਅਸੀਂ ਇਤਿਹਾਸਿਕ ਤੌਰ 'ਤੇ ਵੀ ਸਾਖੀ ਬੜੀ ਪ੍ਰਚਲਿਤ ਹੈ ਕਿ ਮੂਲੇ ਖੱਤਰੀ ਕੋਲ ਗੁਰੂ ਨਾਨਕ ਨੇ ਮਰਦਾਨੇ ਨੂੰ ਭੇਜਿਆ ਦੋ ਪੈਸੇ ਦੇ ਕੇ। ਸੁਣਿਆ ਬੜਾ ਗਿਆਨਵਾਨ ਪੁਰਸ਼ ਹੈ ਮੂਲਾ ਖੱਤਰੀ, ਲੈ ਉਹਦੇ ਕੋਲੋਂ ਆਹ ਦੋ ਪੈਸੇ ਦਾ ਇੱਕ ਸੌਦਾ ਖਰੀਦ ਲਿਆ। ਸਭ ਬਕਾਇਦਾ ਇਤਿਹਾਸ ਜੀ, ਕੀ ਖਰੀਦ ਲਿਆ? ਗੁਰੂ ਨਾਨਕ ਨੇ ਆਖਿਆ ਜਾ ਦੋ ਪੈਸੇ ਦਾ ਟਕੇ ਦਾ ਸੱਚ ਤੇ ਝੂਠ ਖਰੀਦ ਲਿਆ, ਸੱਚ ਤੇ ਝੂਠ ਖਰੀਦ ਲਿਆ। ਸਾਖੀ ਕਰ ਲਿਖਦਾ ਹੈ ਮਰਦਾਨਾ ਦੋ ਪੈਸੇ ਲੈ ਕੇ ਬਾਜ਼ਾਰ ਵਿੱਚ ਕਈ ਦੁਕਾਨਾਂ 'ਤੇ ਗਿਆ, ਹਰ ਕਿਸੇ ਨੇ ਹੱਸ ਕੇ ਅਗਨ ਧੋਖ ਦਿੱਤਾ ਵੀ ਚੰਗਾ ਕਸਟਮਰ ਆਇਆ, ਚੰਗਾ ਗਾ ਕੇ ਕਹਿੰਦਾ ਸੱਚ ਤੇ ਝੂਠ ਖਰੀਦਣੇ, ਭਲਾ ਇਹ ਬਾਜ਼ਾਰ ਵਿੱਚ ਥੋੜ੍ਹਾ ਵਿਕਦਾ। ਜਦੋਂ ਮੂਲੇ ਦੀ ਦੁਕਾਨ 'ਤੇ ਪੁੱਜਿਆ ਨਾ, ਮੂਲੇ ਨੇ ਆਖਿਆ ਚਲੋ ਜਿਹਨੇ ਇਹ ਖਰੀਦਣ ਲਈ ਭੇਜਿਆ ਉਹ ਵੀ ਕੋਈ ਮਹਾਨ ਹੈ, ਅਤੇ ਉਹਦਾ ਭੇਜਿਆ ਹੋਇਆ ਟਕਾ ਵੀ ਇੱਕ ਪ੍ਰਸ਼ਾਦ ਹੈ, ਇਹਨੂੰ ਵਾਪਸ ਨਹੀਂ ਮੋੜਨਾ। ਉਹ ਟਕਾ ਫੜ ਲਿਆ, ਰੱਖ ਲਿਆ, ਇੱਕ ਕਾਗਜ਼ ਚੁੱਕਿਆ, ਉਹਦੇ ਇੱਕ ਪਾਸੇ ਲਿਖ ਦਿੱਤਾ ਜਿਉਣਾ ਝੂਠ, ਦੂਜੇ ਪਾਸੇ ਲਿਖ ਦਿੱਤਾ ਮਰਨਾ ਸੱਚ। ਲੈ ਕੇ ਮਰਦਾਨਾ ਆ ਗਿਆ, ਉੱਥੋਂ ਦੋਸਤੀ ਬਣੀ ਸਾਖੀ ਕਰਦੇ ਮੁਤਾਬਕ। ਚਲੋ ਜੇ ਇਹ ਠੀਕ ਹੈ ਕਿ ਮਰਨਾ ਸੱਚ ਹੈ ਜਿਉਣਾ ਝੂਠ ਹੈ, ਤੇ ਦੋਨੋਂ ਚੀਜ਼ਾਂ ਜਨਮ ਦੇ ਨਾਲ ਇਕੱਠੀਆਂ ਮਿਲ ਜਾਂਦੀਆਂ ਨੇ ਮਨੁੱਖ ਨੂੰ, ਤੇ ਫਿਰ ਜੇ ਸਮਝਣ ਲੱਗੇ ਤੇ ਦੋਵਾਂ ਨੂੰ ਕਿਉਂ ਨਾ ਸਮਝੇ? ਜੀਵਨ ਦੇ ਇੰਨੇ ਸਬਜੈਕਟ ਨੇ, ਮਰਨ ਦਾ ਕੋਈ ਸਬਜੈਕਟ ਨਹੀਂ ਪੜ੍ਹਦਾ। ਲਓ ਬਾਬਾ ਕਬੀਰ ਜੀ ਨੇ ਅੱਜ ਇੱਕ ਸਬਜੈਕਟ ਸ਼ੁਰੂ ਕੀਤਾ ਹੈ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਅੱਗੇ ਵਿਚਾਰਨੇ ਕਿ ਗੁਰਮਤਿ ਅਨੁਸਾਰ ਤਿੰਨ ਤਰ੍ਹਾਂ ਦੀ ਮੌਤ ਹੈ, ਪਰ ਚਲੋ ਮੌਤ ਤਾਂ ਮੌਤ ਹੈ, ਹਰ ਮੌਤ ਦਾ ਮੌਤ ਦੀ ਕਿਰਿਆ ਇੱਕੋ ਜਿਹੀ, ਪਰਿਭਾਸ਼ਾ ਇੱਕੋ ਜਿਹੀ। ਮੌਤ ਹੈ ਕਿ ਸਾਡੀ ਨਿਗਾਹ ਵਿੱਚ ਜਦੋਂ ਮਨੁੱਖ ਦੇ ਇੰਦਰੇ, ਮਨੁੱਖ ਦੀ ਸੋਚ ਸਾਰਾ ਕੁਝ ਕੰਮ ਛੱਡ ਦੇਣ, ਕੁਛ ਨਾ ਕਰਨ, ਕਿਉਂਕਿ ਜੀਵਨ ਕੀ ਅਸੀਂ ਸਮਝਦੇ ਹਾਂ, ਸਾਡੀ ਨਿਗਾਹ ਵਿੱਚ ਜੀਵਨ ਉਹ ਹੈ ਜਿਹਦੇ 'ਚ ਮਨੁੱਖ ਦਾ ਮੂੰਹ ਬੋਲ ਸਕਦਾ ਹੋਵੇ, ਕੰਨ ਸੁਣ ਸਕਦੇ ਹੋਣ, ਅੱਖਾਂ ਦੇਖ ਸਕਦੀਆਂ ਹੋਣ,
ਪੈਰ ਚੱਲ ਸਕਦੇ ਹੋ, ਹੱਥ ਕੁਝ ਕਰ ਸਕਦੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ ਤੇ ਕੀ ਬਣਤ ਬਣਾਈ। ਕਹਿਣ ਲੱਗੇ ਅੱਖੀਂ ਦੇਖੇ ਜੇਬਾ ਬੋਲੇ, ਕੰਨੀ ਸੂਰਤ ਸਮਾਏ, ਪੈਰੀਂ ਚੱਲੇ ਹੱਥੀਂ ਕਰਨਾ, ਸਾਰਾ ਕੁਛ ਜੀਵਨ ਦੀ ਨਿਸ਼ਾਨੀ ਹੈ ਜਿਹੜਾ ਮਿਲਿਆ। ਤੇ ਮਨੁੱਖ ਜਿੰਨੀ ਦੇਰ ਜਿਉਂਦਾ ਹੈ ਇਹ ਸਾਰੇ ਅੰਗ ਜਿਹੜੇ ਨੇ ਕੰਮ ਕਰਦੇ ਨੇ, ਤੇ ਜਿਸ ਦਿਨ ਮਨੁੱਖ ਚਲਾ ਜਾਂਦਾ ਜਿਹਨੂੰ ਅਸੀਂ ਮੌਤ ਆਖਦੇ ਹਾਂ, ਉਸ ਮੌਤ ਦੀ ਨਿਸ਼ਾਨੀ ਕੀ ਹੁੰਦੀ ਹੈ? ਨਾ ਜ਼ਬਾਨ ਬੋਲਦੀ ਹੈ। ਆਈ ਸੀ ਪਿਛਲੇ ਦਿਨ ਬਾਬਾ ਬੋਲਦੇ ਤੇ ਕਾਂ ਗਏ, ਦੇਹੀ ਕਿਸ ਰਹਿ ਸੁਰਤ ਮੈਂ ਜੋ ਨਿਰਤੇ ਕਰਤੇ ਕਥਾ ਬਾਤ ਬਜਾਵਣ ਹਾਰੋ ਕਾਂ ਗਏ। ਸਵਾਲ ਹੁਣ ਜ਼ਬਾਨ ਹੈ ਮੂੰਹ ਵੀ ਹੈ ਪਰ ਮੂੰਹ ਦਾ ਨਹੀਂ, ਅੱਖਾਂ ਹੈ ਪਰ ਦੇਖਦੀਆਂ ਨਹੀਂ, ਕੰਨ ਹੈ ਪਰ ਸੁਣਦੇ ਨੇ, ਪੈਰ ਹੈਨ ਪਰ ਚੱਲਦੇ ਨੇ, ਹੱਥ ਹਨ ਪਰ ਕਰਦੇ ਕੁਝ ਨੇ। ਜਦੋਂ ਇਹ ਕਿਰਿਆ ਕੰਮ ਛੱਡ ਜਾਣ, ਕੁਝ ਨਾ ਕਰ ਸਕਣ, ਡਾਕਟਰ ਕੋਸ਼ਿਸ਼ ਕਰਨ ਦੇ ਬਾਵਜੂਦ ਹੱਥ ਖੜੇ ਕਰਦੇ ਨੇ ਕਿ ਅਸੀਂ ਇਹਨਾਂ ਅੰਗਾਂ ਵਿੱਚ ਕੋਈ ਕਿਰਿਆ ਨਹੀਂ ਲਿਆ ਸਕਦੇ, ਸੋਚ ਵੀ ਬੰਦ ਹੋ ਜਾਏ। ਗੁਰੂ ਨੇ ਬਾਣੀ ਵਿੱਚ ਲਿਆ ਦਿੱਤਾ ਕਿ ਜਦੋਂ ਸਮਾਂ ਆਉਂਦਾ ਉਦੋਂ ਸੋਚ ਵੀ ਚਲੀ ਜਾਂਦੀ, ਵਿਚਾਰ ਵੀ ਕੰਮ ਛੱਡ ਜਾਂਦੇ। ਕਹਿਣ ਲੱਗੇ ਡਾਕਟਰ ਜਦੋਂ ਇਹ ਸਾਰੀ ਚੀਜ਼ ਡਿਕਲੇਅਰ ਕਰਦੇ ਨੇ ਫਿਰ ਕੀ ਹੁੰਦਾ ਹੈ? ਵੀ ਹੁਣ ਇਹ ਚੱਲ ਵਸਿਆ, ਇਹਦੀ ਕਿਰਿਆ ਵਾਪਸ ਨਹੀਂ ਆ ਸਕਦੀ। ਹੁਣ ਜੇ ਇਸੇ ਦਾ ਨਾਮ ਬਹੁਤ ਹੈ ਵੀ ਕੁਛ ਕਰ ਨਹੀਂ ਸਕਦਾ, ਤੇ ਫਿਰ ਦਿੱਤਾ ਤਿੰਨ ਰੂਪ ਨੇ, ਬਹੁਤ ਇਸੇ ਦਾ ਨਾਂ ਹੀ ਹੈ। ਤਾਂ ਜਿਹਦੇ ਸਾਹਮਣੇ ਜਾ ਕੇ ਮਨੁੱਖ ਇਸ ਕਿਰਿਆ ਵਿੱਚ ਪੈ ਜਾਏ ਕਿ ਕੁਛ ਨਾ ਕਰ ਸਕੇ, ਸਮਝੋ ਬਹੁਤ ਹੈ। ਹੁਣ ਇੱਥੇ ਰੁਕਣਾ ਚਾਹੁੰਦਾ ਇੱਥੇ, ਕਿਉਂਕਿ ਦੋ ਹਿੱਸਿਆਂ ਚ ਵੰਡੀ ਨੇ, ਇੱਕ ਤਾਂ ਮਰਤਾ ਮਰਤਾ ਜਗਮੂਆ ਮਰ ਬਿਨਾ ਜਾਣਿਆ ਕੋਈ, ਤੇ ਦੂਜਾ ਹਿੱਸਾ ਐਸੇ ਮਰਨੇ ਜੋ ਮਰੇ ਬਹੁਤ ਨਾ ਮਰਨਾ ਹੋਵੇ, ਉਹ ਮੌਤ ਹੈ। ਇਹ ਮਨ ਜਿਹੜਾ ਹੈ ਉਹ ਮਰਨ ਮੌਤ ਵਿੱਚੋਂ ਕੱਢ ਦਿੰਦਾ, ਜੀਵਨ ਦਾ ਜੀਵਨ ਮਿਲਦਾ। ਇਹਦਾ ਮਤਲਬ ਇਹ ਮੌਤ ਵੱਖਰੀ ਕਿਸਮ ਦੀ, ਹਾਲਾਂਕਿ ਮੌਤ ਦੀ ਸਾਂਝੀ ਪਰਿਭਾਸ਼ਾ ਇਹ ਹੈ ਕਿ ਉੱਥੇ ਜਾ ਕੇ ਮਨੁੱਖ ਦੀ ਕਿਰਿਆ ਖਤਮ ਹੋ ਜਾਂਦੀ। ਬੜੀ ਤਵੱਜੋ ਦੀ ਉਹਦੀ ਅੱਜ ਐਸਾ ਸਬਜੈਕਟ ਹੈ। ਸਰੀਰ ਤੇ ਜ਼ਮੀਰ ਦੋ ਚੀਜ਼ਾਂ ਮਨੁੱਖ ਕੋਲ ਨੇ, ਜਿਹਨੂੰ ਅਸਾਂ ਦੂਜੇ ਲਫ਼ਜ਼ਾਂ ਵਿੱਚ ਤਨ ਤੇ ਮਨ ਆਖਦੇ, ਜੋ ਸਾਡੇ ਨਿਗਾਹ ਵਿੱਚ ਹੈ, ਜਿਹਨੂੰ ਅਸੀਂ ਆਪਣਾ ਜੀਵਨ ਦਾ ਹਿੱਸਾ ਮੰਨਣੇ ਹਾਂ, ਉਹ ਹੈ ਸਰੀਰ ਤੇ ਜ਼ਮੀਰ, ਤਨ ਤੇ ਮਨ। ਜਿਹੜਾ ਸਰੀਰ ਕਰਕੇ ਮੌਤ ਹੈ ਤਾਂ ਦੁਨੀਆਂ ਦੇ ਹਰ ਮਨੁੱਖ ਤੇ ਆਉਂਦੀ ਹੈ, ਮਰਤਾ ਮਰਤਾ
ਚੈੱਕ ਹੋਊਗਾ। ਸਰੀਰਕ ਮੌਤ ਨੂੰ ਕੋਈ ਰੋਕ ਨਹੀਂ ਸਕਦਾ, ਉਸ ਦਿਨ ਪਹਿਲੇ ਜਾਂ ਬਾਅਦ ਵਿੱਚ ਵੱਖਰੀ ਗੱਲ ਹੈ। ਸਰੀਰ ਦੀ ਮੌਤ ਦੁਨੀਆਂ ਦੇ ਹਰ ਮਨੁੱਖ ਤੇ ਆਉਂਦੀ ਹੀ ਆਉਂਦੀ ਹੈ। ਇੱਕ ਹੋਰ ਮੌਤ ਹੈ, ਗੱਲ ਉਹ ਵੀ ਹੈ ਇੱਥੇ ਹੀ ਹੈ, ਕਿਉਂਕਿ ਸਰੀਰ ਦੀ ਮੌਤ ਦੀ ਨਿਸ਼ਾਨੀ ਵੀ ਇਹੋ ਹੀ ਹੈ, ਮਨੁੱਖ ਦਾ ਸਰੀਰ ਕੁਛ ਕਰ ਨਹੀਂ ਸਕਦਾ, ਕਰਨਾ ਤੇ ਸਰੀਰ ਨਹੀਂ ਹੈ, ਕੁਛ ਕਰ ਨਹੀਂ ਸਕਦਾ। ਅਸੀਂ ਕਹਿੰਦੇ ਮਰ ਗਏ ਸਰੀਰ ਕਰਕੇ, ਮਰ ਗਏ। ਇੱਕ ਹੈ ਜ਼ਮੀਰ, ਉਹਦੀ ਮੌਤ ਵੀ ਹੁੰਦੀ ਹੈ, ਗੱਲ ਉੱਥੇ ਵੀ ਕਿਰਿਆ ਦੀ ਹੈ, ਕਰਮ ਦੀ ਹੈ, ਕੁਛ ਕਰਨ ਦੀ ਹੈ। ਜ਼ਮੀਰ ਜਦੋਂ ਕਿਸੇ ਦੇ ਗੁਲਾਮ ਹੋ ਜਾਂਦੀ ਹੈ ਉਦੋਂ ਫਿਰ ਉਹ ਆਪ ਕੁਛ ਨਹੀਂ ਕਰ ਸਕਦੀ। ਸਰੀਰ ਜਦੋਂ ਮਰਦਾ ਉਦੋਂ ਵੀ ਆਪ ਕੁਛ ਨਹੀਂ ਕਰ ਸਕਦਾ, ਉਹਨੂੰ ਚੁੱਕ ਕੇ ਬੇਸ਼ੱਕ ਜਿੱਥੇ ਮਰਜ਼ੀ ਲੈ ਜਾਓ, ਉਹ ਆਪ ਕੱਪੜੇ ਨਹੀਂ ਪਾ ਸਕਦਾ, ਉਹਨੂੰ ਪਵਾ ਦਿਓ ਜੋ ਮਰਜ਼ੀ ਪਵਾ ਦਿਓ, ਉਹ ਆਪ ਆਪਣਾ ਆਪ ਨਹੀਂ ਢੱਕ ਸਕਦਾ, ਉਹਦੇ ਉੱਤੇ ਕਫਨ ਜਿਵੇਂ ਮਰਜ਼ੀ ਜਾਂ ਮਰਜ਼ੀ ਪਾ ਦਿਓ, ਆਪ ਨਹੀਂ ਨਾ ਕੁਛ ਕਰਦਾ। ਕਹਿੰਦੇ ਨੇ ਜ਼ਮੀਰ ਜਦੋਂ ਮਰਦੀ ਹੈ ਉਦੋਂ ਵੀ ਇਹੋ ਹਾਲਤ ਹੁੰਦੀ ਹੈ, ਪਰ ਜ਼ਮੀਰ ਮਰਦੀ ਹੈ ਗੁਲਾਮੀ ਵਿੱਚ ਆ ਕੇ, ਤੇ ਜਿਹੜਾ ਮਨੁੱਖ ਜ਼ਮੀਰ ਕਰਕੇ ਗੁਲਾਮ ਹੋ ਜਾਂਦਾ ਹੈ ਉਹ ਵੀ ਆਪ ਕੁਛ ਨਹੀਂ ਕਰ ਸਕਦਾ, ਨਿਹੱਥਾ ਹੋ ਜਾਂਦਾ ਹੈ। ਹੁਣ ਕੀ ਹੈ, ਨੌਕਰ ਘਰ ਚ ਗੁਲਾਮ ਹੈ, ਉਹਨੂੰ ਮਾਲਕ ਨਾਰਾਜ਼ ਹੁੰਦਾ ਹੈ। ਉਹਨੂੰ ਮੈਂ ਇੱਕ ਵਾਰ ਕੀਤੀ ਸੀ, ਐਸਾ ਸਮਾਂ ਹੁੰਦਾ ਚਿੱਕੜ ਹੈ, ਬਾਹਰ ਬਾਰਿਸ਼ ਪੈ ਰਹੀ ਹੈ, ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਨਾਨਕ ਸਾਵਨ ਜੇ ਵਸੇ ਚੋ ਵਿਛੋੜਾ ਹੋਏ ਗਾਈ ਪੁੱਤਾਂ, ਚੋ ਵਿਛੋੜਾ ਹੋਏ। ਅਗਲੇ ਪਾਸੇ ਜਿਹੜੇ ਲਫ਼ਜ਼ ਚਾਰ ਚਾਰ ਦੀ ਗਿਣਤੀ ਕੀਤੀ ਨਾ, ਉੱਥੇ ਆ ਕੇ ਆਖਿਆ ਪੰਥੀ ਚਾਕਰ ਹੋਏ, ਮੁਸਾਫਰ ਵੀ ਦੁਖੀ ਹੈ ਪੰਥੀ, ਕਿਉਂਕਿ ਬਾਹਰ ਬਾਰਿਸ਼ ਹੈ, ਉਹਦਾ ਸਫ਼ਰ ਟੁੱਟ ਗਿਆ, ਤੇ ਚਾਕਰ ਜਿਹੜਾ ਗੁਲਾਮ ਹੈ ਉਹ ਵੀ ਦੁਖੀ ਹੈ। ਚਾਕਰ ਕਿਉਂ ਦੁਖੀ ਹੈ? ਇਸ ਲਈ ਕਿਉਂਕਿ ਮਾਲਕ ਦਾ ਹੁਕਮ ਹੋਇਆ ਆਹ ਕੰਮ ਕਰਨਾ ਬਾਹਰ ਜਾ ਕੇ, ਉਹ ਦਿਲੋਂ ਨਹੀਂ ਚਾਹੁੰਦਾ ਪਰ ਬੋਲ ਨਹੀਂ ਸਕਦਾ, ਬੋਲ ਨਾ ਸਕਣਾ ਹੀ ਤਾਂ ਮੌਤ ਹੈ, ਨਹੀਂ ਚਾਹੁੰਦਾ ਮੈਂ ਜਾਵਾਂ ਪਰ ਬੋਲ ਨਹੀਂ ਸਕਦਾ। ਜੇ ਮਾਲਕ ਨਾਰਾਜ਼ ਹੋਵੇ ਉਹ ਦੋ ਕੁਬਚਨ ਬੋਲਦੇ ਨੇ, ਤੇ ਉਹਦੇ ਬਦਲੇ ਵਿੱਚ ਅੱਗੋਂ ਕੁਬਚਨ ਨਹੀਂ ਬੋਲ ਸਕਦਾ, ਸਿਰ ਝੁਕਾ ਦਿੰਦਾ, ਬਸ ਜੋ ਕੁਝ ਕਰੀ ਉਹ ਆਖੀ ਜਾਏ, ਜੋ ਉਹ ਚਾਹੇ ਉਹ ਹੋਣਾ ਹੈ। ਗੁਲਾਮ ਦਾ ਕਿਹਾ ਹੋਇਆ ਸੋਚਿਆ ਹੋਇਆ ਬਿਲਕੁਲ ਨਹੀਂ ਹੋਣਾ, ਕਿਉਂ? ਕਿਉਂਕਿ ਗੁਲਾਮ ਵਿੱਚ ਆ ਕੇ ਜ਼ਮੀਰ, ਗੁਲਾਮੀ ਵਿੱਚ ਆ ਕੇ ਜ਼ਮੀਰ ਮਰ ਗਈ, ਮੌਤ, ਗੁਲਾਮੀ ਵੀ ਇੱਕ ਜ਼ਮੀਰ ਦੀ ਮੌਤ ਹੈ, ਇੱਕ ਸਰੀਰ ਦੀ ਮੌਤ ਹੈ, ਗੁਲਾਮੀ ਜ਼ਮੀਰ ਦੀ ਮੌਤ ਹੈ। ਤੇ ਸਰੀਰ ਦੀ ਮੌਤ ਸੰਸਾਰ ਦੇ ਹਰ ਮਨੁੱਖ ਤੇ ਆਉਂਦੀ ਹੈ, ਜ਼ਮੀਰ ਦੀ ਮੌਤ ਕਿਸੇ ਤੇ ਨਹੀਂ ਵੀ ਆਉਂਦੀ ਪਰ ਬਹੁਤਿਆਂ ਤੇ ਆਉਂਦੀ ਹੈ।
ਅੱਜ ਦੇ ਯੁੱਗ ਅੰਦਰ ਵੀ ਦੇਖੀਏ ਅਸੀਂ, ਮੈਂ ਦੇਖਦੇ ਹਾਂ ਆਪਾਂ ਕਿ ਸਰੀਰ ਦੀ ਮੌਤ ਤਾਂ ਆਉਣੀ ਆਉਣੀ ਹੈ, ਜ਼ਮੀਰ ਦੀ ਮੌਤ ਵੀ ਬਹੁਤ ਜ਼ਿਆਦਾ ਆਈ ਹੋਈ। ਇਸ ਲਈ ਮਰਤਾ ਮਰਤਾ ਜਗਮੋਆ ਦੀ ਗਿਣਤੀ ਇਹਨਾਂ ਦੋਵਾਂ ਵਿੱਚ। ਹੁਣ ਦੇਖਣਾ ਜਿਹੜਾ ਅਗਲੀ ਲਾਈਨ ਵਿੱਚ ਕਹਿ ਦਿੱਤਾ ਨੇ ਉਹ ਵੀ ਮੌਤ ਹੈ। ਸਮਝਣ ਵਾਲੀ ਉਹ ਗੱਲ ਹੈ, ਇਹ ਤਾਂ ਜ਼ਮੀਰ ਅਤੇ ਸਰੀਰ ਦੀ ਮੌਤ ਤਾਂ ਅਸੀਂ ਆਮ ਧਰਤੀ 'ਤੇ ਦੇਖ ਸਕਦੇ ਹਾਂ, ਸ਼ਹਿਰਾਂ ਵਿੱਚ ਦੇਖ ਸਕਦੇ ਹਾਂ, ਪਰਿਵਾਰਾਂ ਵਿੱਚ ਦੇਖ ਸਕਦੇ ਹਾਂ, ਰਾਜਿਆਂ ਦੇ ਦਰਬਾਰਾਂ ਵਿੱਚ ਵੇਖ ਸਕਦੇ ਹਾਂ। ਜ਼ਮੀਰ ਦੀ ਮੌਤ ਅਤੇ ਸਰੀਰ ਦੀ ਮੌਤ ਹੋ ਰਹੀ, ਪਰ ਇੱਕ ਮੌਤ ਉਹ ਅੱਜ ਨੂੰ ਪਵਿੱਤਰ ਆਖਿਆ ਗਿਆ ਅਗਲੀ ਲਾਈਨ ਵਿੱਚ, ਉਹ ਹੈ ਐਸੇ ਮਰਨੇ ਜੋ ਮਰੇ ਉੱਥੇ ਵੀ ਮੌਤ ਦਾ ਮਸਲਾ ਹੈ, ਐਥੋਂ ਵੀ ਤਾਂ ਮੌਤ ਹੈ। ਉਹਦਾ ਜ਼ਿਕਰ ਇਹਨਾਂ ਲਫ਼ਜ਼ਾਂ ਵਿੱਚ ਆਇਆ ਕਿ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਹੈ। ਕੋਈ ਐਸੀ ਮੌਤ ਹੈ ਜਿਸ ਦੀ ਪਰਿਭਾਸ਼ਾ ਤਾਂ ਮੌਤ ਦੀ ਨਹੀਂ ਬਦਲਣੀ, ਉਹ ਹੋ ਹੀ ਰਹਿਣੀ, ਪਰ ਕੋਈ ਐਸੀ ਮੌਤ ਵੀ ਹੈ ਜਿਹਦੇ ਤੋਂ ਬਾਅਦ ਮਰਨ ਖਤਮ ਹੋ ਜਾਏ, ਫਿਰ ਬੜੀ ਚੰਗੀ ਗੱਲ, ਮਨੁੱਖ ਤਾਂ ਚਾਹੁੰਦੇ ਹੀ ਹੈ। ਮੈਂ ਹੁਣੇ ਅਰਜ਼ ਕੀਤੀ ਸੀ ਕਿ ਜਨਮ ਤੋਂ ਲੈ ਕੇ ਅਖੀਰ ਤੱਕ ਮਨੁੱਖ ਇਹ ਚਾਹੁੰਦਾ ਹੈ ਕਿ ਮੇਰੀ ਲੌਂਗ ਲਾਈਫ ਹੋ, ਲੰਬੀ ਉਮਰ ਲਈ ਕਾਮਨਾ ਕਰਦਾ ਹੈ। ਅਤੇ ਕੋਈ ਐਸਾ ਐਸੀ ਮੌਤ ਦੱਸੋ ਜਿਹਦੇ ਵਿੱਚ ਇਹ ਬੇਫਿਕਰੀ ਹੋ ਜਾਏ, ਮੌਤ ਆਵੇ ਨਾ, ਐਡੀ ਪਵਿੱਤਰ ਮੌਤ ਜਿਹਦੇ ਵਿੱਚ ਮੌਤ ਖਤਮ ਹੀ ਹੋ ਜਾਏ। ਲਓ ਇਹ ਗੱਲ ਆਪਾਂ ਸਮਝਣੀ ਹੈ ਜੀ ਬਾਬਾ ਕਬੀਰ ਜੀ ਦੇ ਲਫ਼ਜ਼ਾਂ ਤੋਂ। ਅਤੇ ਕਹਿੰਦੇ ਤੇ ਜਿਹਦੇ ਨਾਲ ਮੌਤ ਖਤਮ ਹੋ ਜਾਏ, ਬਹੁਤ ਨਾ ਮਰਨਾ ਹੋਏ। ਹੁਣ ਲਫ਼ਜ਼ ਮਰਨ ਹੀ ਹੈ ਤੇ ਮੌਤ ਦੀ ਕਿਰਿਆ ਵੀ ਉਹੋ ਹੀ ਹੈ। ਮੌਤ ਦੀ ਕਿਰਿਆ ਹੈ ਜਿੱਥੇ ਆ ਕੇ ਤੁਹਾਡੇ ਆਪਣੇ ਹੱਥ ਪੈਰ ਸਰੀਰ ਕੰਮ ਇੰਦਰੇ ਸੋਚ ਸਭ ਕੁਝ ਨਿਕੰਮੀ ਹੋ ਜਾਏ, ਛੱਡ ਜਾਏ, ਉਹਦਾ ਨਾ ਮੌਤ ਹੈ। ਪਰ ਉਹ ਮੌਤ ਦਾ ਇੱਥੇ ਪਵਿੱਤਰਤਾ ਨਾਲ ਸੰਬੰਧ ਕੀ ਹੈ, ਰੁਕਣਾ ਬੜੀ ਡੀਪਲੀ ਸੋਚਣਾ ਇਸ ਗੱਲ ਤੇ। ਫੈਸਲਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਲੈਣਾ, ਕਿਉਂਕਿ ਹਰ ਗੱਲ ਦਾ ਜਵਾਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ। ਦੱਸੋ ਜੀ ਉਹ ਕਿਹੜੀ ਮੌਤ ਹੈ ਜੇ ਮੌਤ ਦੀ ਪਰਿਭਾਸ਼ਾ ਇੱਕੋ ਜਿਹੀ ਹੈ, ਤੇ ਉਹ ਕਿਹੜੀ ਮੌਤ ਹੈ ਜਿਹੜੀ ਜੀਵਨ ਦੇ ਜਾਂਦੀ ਪਵਿੱਤਰ ਹੈ। ਕਹਿਣ ਲੱਗੇ ਹਾਂ ਕਿਰਿਆ ਵੀ ਮਰਨ ਦੀ ਇੱਕੋ ਜਿਹੀ ਹੈ।
ਕਿ ਸ਼ਬਦ ਦੇ ਸਾਹਮਣੇ ਜਦੋਂ ਮਨ ਸੋਚ ਹਾਂ ਮਰ ਜਾਏ ਤੇ ਆਖੇ ਜੀ ਜਿਵੇਂ ਮਰਨ ਤੋਂ ਬਾਅਦ ਲਾਸ਼ ਕੁਝ ਨਹੀਂ ਨਾ ਕਰ ਸਕਦੀ, ਜਿੱਥੇ ਮਰਜ਼ੀ ਉਹਨੂੰ ਲੈ ਜਾਏ, ਜੋ ਮਰਜ਼ੀ ਪਹਿਨਾ ਦੇਵੇ। ਕਹਿਣ ਲੱਗੇ ਹੇ ਮੇਰੇ ਸ਼ਬਦ ਗੁਰੂ, ਮੈਂ ਤੇਰੇ ਸਾਹਮਣੇ ਆਪਣੇ ਹੋਂ ਦੀ ਮੌਤ ਕੀਤੀ ਹੈ, ਹੁਣ ਵਿਸ਼ਵਾਸ ਕਰ, ਮੈਂ ਕੁਝ ਵੀ ਨਹੀਂ ਕਰਨ ਜੋਗਾ, ਜੋ ਤੁਮ ਕਹੋ ਸੋ ਹੀ ਹਮ ਕਰ। ਜੇ ਤੁਮ ਰੱਖੋ ਤਿਵੀ ਰਹਿਣਾ, ਜੋ ਤੁਮ ਕਹੋ ਸੋ ਹੀ ਮੈਂ ਕਰਨਾ, ਤੂੰ ਕਰਤਾ ਕਰਨਾ ਮੈਂ ਨਹੀਂ। ਮੌਤ ਤਾਂ ਹੋ ਗਈ, ਮੌਤ ਦੀ ਕਿਰਿਆ ਤੇ ਇੱਕੋ ਜਿਹੀ ਹੋ ਗਈ ਨਾ, ਉੱਥੇ ਵੀ ਮੌਤ ਨੇ ਆਪੇ ਕੰਮ ਕਰਨਾ, ਸਰੀਰ ਦਾ ਛੁਡਾ ਦਿੱਤਾ, ਸਰੀਰ ਆਪੇ ਕੁਝ ਨਹੀਂ ਸੀ ਕਰ ਸਕਦਾ, ਮਰ ਗਿਆ ਸੀ। ਤੇ ਵਿਸ਼ਵਾਸ ਕਰੋ ਜ਼ਮੀਰ ਨੇ ਵੀ ਆਪੇ ਕੰਮ ਕਰਨਾ ਛੁਡਾ ਦਿੱਤਾ ਸੀ, ਜੋ ਮਾਲਕ ਆਖੇ ਹੁੰਦੇ ਅੱਗੇ ਸਿਰ ਚੁਕਾਈ ਜਾਣਾ, ਕਿਉਂਕਿ ਕਿਰਿਆ ਇੱਕੋ ਜਿਹੀ ਮੌਤ ਦੀ। ਤੇ ਇੱਥੇ ਸ਼ਬਦ ਦੇ ਸਾਹਮਣੇ ਜਦੋਂ ਸਾਡੀ ਆਪਣੀ ਮੌਤ ਹੋ ਜਾਏ, ਆਪਣੀ ਹਉ ਖਤਮ ਹੋ ਜਾਏ, ਮਿਟ ਜਾਏ, ਤੇ ਆਖੀਏ ਜੀ ਜੋ ਸ਼ਬਦ ਗੁਰੂ ਸਤਿਗੁਰੂ ਤੂੰ ਆਖੇਗਾ ਮੈਂ ਤੇ ਉਹੀ ਕਰਨਾ, ਮੈਂ ਆਪਣੀ ਕੋਈ ਮਤ ਇੱਥੇ ਨਹੀਂ ਵਰਤ ਸਕਦਾ, ਤੂੰ ਕਰਤਾ ਕਰਨਾ ਮੈਂ ਨਹੀਂ। ਪਰ ਉਹ ਪੜ੍ਹਨਾ ਤੂੰ ਕਰਤਾ ਕਰਨਾ ਮੈਂ ਨਹੀਂ, ਜਾਂ ਹਉ ਕਰੀ ਮੁਰਦਾ ਕੀ ਕਰ ਸਕਦਾ। ਮਨ ਨੂੰ ਕਿਉਂ ਮਾਰਨਾ ਸ਼ਬਦ ਦੇ ਸਾਹਮਣੇ? ਆਪਾਂ ਗੁਰਬਾਣੀ ਵਿੱਚੋਂ ਪੜ੍ਹਨੇ ਆ, ਗੁਰੂ ਕਹਿੰਦਾ ਮਨ ਮਰੇ ਜਿਸ ਦਿਨ ਮਨ ਸ਼ਬਦ ਦੇ ਸਾਹਮਣੇ ਮਰ ਗਿਆ, ਜਿਵੇਂ ਮੁਰਦਾ ਉੱਠ ਕੇ ਨਹੀਂ ਦੌੜ ਸਕਦਾ ਨਾ, ਇਸੇ ਤਰ੍ਹਾਂ ਮਨ ਦੀ ਭਟਕਣਾ ਖਤਮ ਹੋ ਜਾਂਦੀ। ਮਨ ਮਰੇ ਭਾਗ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਬਹੁਤ ਇੰਨੀ ਪਵਿੱਤਰ ਹੈ ਕਿ ਜਿਸ ਮਰਨ ਨਾਲ ਰੱਬ ਮਿਲ ਜਾਂਦਾ। ਕਹਿਣ ਲੱਗੇ ਬਿਨਾਂ ਮਨ ਮਰੇ ਰੱਬ ਮਿਲਦਾ ਹੀ ਨਹੀਂ, ਗੱਲ ਮੌਤ ਦੀ ਚੱਲ ਰਹੀ ਹੈ। ਇੱਥੇ ਵੀ ਮਰੇ ਦਾ ਲਫ਼ਜ਼ ਹੈ, ਉੱਥੇ ਵੀ ਮਰੇ ਦਾ ਲਫ਼ਜ਼, ਉੱਥੇ ਵੀ ਮ੍ਰਿਤ ਦਾ ਲਫ਼ਜ਼ ਹੈ, ਇੱਥੇ ਵੀ ਮ੍ਰਿਤ ਦਾ ਲਫ਼ਜ਼ ਹੈ। ਮ੍ਰਿਤ ਦੀ ਕਿਰਿਆ ਵੀ ਇੱਕੋ ਜਿਹੀ ਹੈ, ਉੱਥੇ ਵੀ ਮ੍ਰਿਤਕ ਕੁਛ ਨਹੀਂ ਕਰ ਸਕਦਾ, ਇੱਥੇ ਵੀ ਮ੍ਰਿਤਕ ਕੁਛ ਨਹੀਂ ਕਰਦਾ। ਜਦੋਂ ਜ਼ਮੀਰ ਜਦੋਂ ਸਰੀਰ ਮਰਦਾ ਉਦੋਂ ਤਾਂ ਕੁਝ ਕਰ ਹੀ ਨਹੀਂ ਸਕਦਾ, ਜਦੋਂ ਜ਼ਮੀਰ ਮਰਦੀ ਹੈ ਉਦੋਂ ਵੀ ਸਾਰਾ ਕੁਝ ਉਹਦੇ ਮਾਲਕ ਦੇ ਹਵਾਲੇ ਹੋ ਜਾਂਦਾ ਹੈ। ਤੇ ਕਹਿਣ ਲੱਗੇ ਜਦੋਂ ਮਨ ਮਰਦਾ ਹੈ ਸ਼ਬਦ ਦੇ ਸਾਹਮਣੇ, ਉਦੋਂ ਵੀ ਮਨ ਜਿਹੜਾ ਹੈ ਉਹ ਸ਼ਬਦ ਦੇ ਹਵਾਲੇ ਹੋ ਜਾਂਦਾ, ਉਹਦੇ ਸਾਹਮਣੇ ਮਰ ਗਿਆ। ਗੁਰਬਾਣੀ ਆਖੀ ਮਰਨੇ ਜੋ ਮਰੇ,
ਮਨ ਨੂੰ ਮਾਰਨਾ ਤੇ ਮਾਰਨਾ ਸ਼ਬਦ ਦੇ ਸਾਹਮਣੇ ਰੱਖ ਰੱਖ ਕੇ। ਗੁਰੂ ਕਹਿੰਦੇ ਨੇ ਮਨ ਮਾਰੇ ਦਾਰੂ ਜਾਣੇ ਕੋਏ, ਜਿਹੜਾ ਮਨ ਨੂੰ ਮਾਰਨਾ ਜਾਣਦਾ ਹੋਵੇ ਬਸ ਇਹੋ ਜਾਣਦਾ ਨਹੀਂ। ਲੋਕ ਜਦੋਂ ਆਪਾਂ ਕਹਿੰਦੇ ਨਾ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ, ਕਿਉਂਕਿ ਇਹ ਮਾਰਨਾ ਨਹੀਂ ਜਾਣਦਾ। ਸਰੀਰ ਮਰ ਰਿਹਾ ਦੁਨੀਆਂ ਦਾ, ਜ਼ਮੀਰ ਮਰ ਰਹੀ ਹੈ ਅੱਜ ਦੇ ਜ਼ਮਾਨੇ ਅੰਦਰ ਦੁਨੀਆਂ ਦੀ, ਇਤਨੀ ਜ਼ਮੀਰ ਕਮਜ਼ੋਰ ਹੋ ਗਈ ਹੈ। ਥਾਂ ਥਾਂ ਜ਼ਮੀਰ ਦੇ ਮਰੀ ਹੋਈ ਜ਼ਮੀਰ ਲੈ ਕੇ ਤੁਰੇ ਫਿਰਦੇ ਬੜੇ ਲੋਕ ਦੇਖ ਰਹੇ ਹਾਂ, ਤੇ ਮੌਤ ਦੀ ਪਰਿਭਾਸ਼ਾ ਇੱਕੋ ਜਿਹੀ ਹੈ, ਸਰੀਰ ਮਰ ਰਿਹਾ ਹੈ, ਜ਼ਮੀਰ ਮਰ ਰਹੀ ਹੈ, ਪਰ ਮਨ ਨਹੀਂ ਮਰ ਰਿਹਾ। ਤੇ ਮਨ ਕਿਉਂ ਨਹੀਂ ਮਰ ਰਿਹਾ? ਫਿਰ ਉਹ ਲਫ਼ਜ਼ ਆ ਗਿਆ ਮਰ ਵੀ ਨਾ ਜਾਣਿਆ ਕੋਈ, ਕਿਉਂਕਿ ਮਨ ਨੂੰ ਮਾਰਨ ਦੀ ਤਰਕੀਬ ਕਿਸੇ ਕੋਲ ਨਹੀਂ। ਮਨ ਮਰੇ ਜਵਾਬ ਗੁਰੂ ਕੋਲੋਂ ਪੁੱਛਦੀ, ਜੇ ਮਨ ਨੂੰ ਮਾਰਨਾ ਪਵਿੱਤਰ ਹੈ, ਮਨ ਨੂੰ ਮਾਰਨ ਨਾਲ ਜੀਵਨ ਮਿਲਦਾ ਹੈ, ਤਾਂ ਫਿਰ ਮੈਨੂੰ ਦੱਸੋ ਮਨ ਕਿਵੇਂ ਮਰਦਾ ਹੈ? ਉਹ ਫੈਸਲਾ ਬੜਾ ਸਪਸ਼ਟ ਹੈ, ਕਹਿਣ ਲੱਗੇ ਸ਼ਬਦ ਮਰੇ, ਮਨ ਸ਼ਬਦ ਮਰੇ ਬੂਝੇ ਜਨ ਕੋਏ, ਮਨ ਸ਼ਬਦ ਮਰੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਕਿਹੜਾ ਸਪਸ਼ਟ ਫੈਸਲਾ ਹੈ ਬਾਬਾ ਕਬੀਰ ਜੀ ਦੇ ਇੱਕੋ ਸਲੋਕ ਵਿੱਚ। ਕਹਿੰਦੇ ਨੇ ਭਲਿਆ ਜੇ ਕੰਮ ਛੱਡਣ ਦਾ ਨਾਂ, ਆਪਣੀ ਮਰਜ਼ੀ ਤਿਆਗਣ ਦਾ ਨਾਂ ਹੀ ਮਰਨਾ ਹੈ, ਤਾਂ ਆ ਤੀਜੀ ਮੌਤ ਵਿੱਚ ਵੀ ਇਹ ਹੋਈ ਹੈ, ਤੂੰ ਸ਼ਬਦ ਦੇ ਸਾਹਮਣੇ ਆਪਣੇ ਗੋਡੇ ਟੇਕ ਦੇ, ਆਖੇ ਜੀ ਬਸ ਜੋ ਤੁਹਾਡਾ ਹੁਕਮ ਹੋਏਗਾ, ਸ਼ਬਦ ਦਾ ਜੋ ਹੁਕਮ ਹੈ ਮੈਂ ਉਹ ਹੀ ਕਰ ਸਕਾਂਗਾ, ਕੁਝ ਨਹੀਂ ਕਰ ਸਕਦਾ। ਜੇ ਤੁਮ ਰੱਖੋ ਤੇ ਨਹੀਂ ਰਹਿਣਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਬਸ ਮੈਂ ਕੁਛ ਨਹੀਂ ਕਰ ਸਕਦਾ, ਮੈਂ ਨਾ ਹੀ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ। ਤੇ ਜਦੋਂ ਗੁਰੂ ਦੇ ਸ਼ਬਦ ਦੇ ਸਾਹਮਣੇ ਸਿੱਖ ਆਪਾ ਭੇਟ ਕਰ ਦਿੰਦਾ ਨਾ ਜੀ ਮੈਂ ਆਪਣੀ ਹੋਂ ਛੱਡੀ, ਹੁਣ ਮੇਰੀ ਸਮਝ ਮੇਰੀ ਸੋਚ, ਮੈਂ ਆਪਣੀ ਸਿਆਣਪ ਨਾਲ ਨਹੀਂ ਜਿਉਣਾ, ਜਿਵੇਂ ਤੂੰ ਚਾਹੇਗਾ ਉਵੇਂ ਹੋਏਗਾ, ਬਸ ਇਸ ਦਾ ਨਾਂ ਹੈ ਤੀਜੀ ਮੌਤ। ਇਸ ਮੌਤ ਵਿੱਚੋਂ ਜੀਵਨ ਮਿਲਦਾ ਹੈ, ਇਸ ਮੌਤ ਵਿੱਚੋਂ ਜੀਵਨ ਮਿਲਦਾ ਹੈ। ਹੁਣ ਅਗਲੇ ਸਲੋਕ ਤੇ ਆ ਜਾਈਏ ਸੰਖੇਪ ਵਿੱਚ। ਕਹਿਣ ਲੱਗੇ ਜੀ ਦੁਨੀਆਂ ਦੇ ਹਰ ਮਨੁੱਖ ਨੂੰ ਇਹੋ ਜਿਹਾ ਜੀਵਨ ਪ੍ਰਾਪਤ ਕਰਨ ਦਾ, ਇਹੋ ਜਿਹੀ ਮੌਤ ਪ੍ਰਾਪਤ ਕਰਨ ਦਾ ਤਰੀਕਾ ਕਿਉਂ ਨਹੀਂ ਆ ਰਿਹਾ? ਕਹਿਣ ਲੱਗੇ ਇਸ ਲਈ ਕਿਉਂਕਿ ਉਹ ਇਹ ਗੱਲ ਨਹੀਂ ਸਮਝ ਰਿਹਾ
ਕਿ ਇਹ ਜਿਹੜੀ ਮੌਤ ਹੈ ਸ਼ਬਦ ਦੇ ਸਾਹਮਣੇ ਆਪਣੇ ਆਪ ਨੂੰ ਭੇਟ ਕਰਨ ਦੀ, ਸ਼ਬਦ ਦੇ ਗਿਆਨ ਨਾਲ ਜੁੜਨ ਦੀ ਜਿਹੜੀ ਮੌਤ ਹੈ, ਇਹ ਦੁਨੀਆਂ ਦੇ ਕਿਸੇ ਹੋਰ ਜਨਮ ਵਿੱਚ ਨਹੀਂ ਮਿਲਦੀ। ਜੇ ਤੁਸੀਂ ਆਖੋ ਕਿਸੇ ਜਾਨਵਰ ਦੇ ਜਨਮ ਵਿੱਚ ਗਿਆਨ ਮਿਲ ਜਾਏ, ਇਸੇ ਲਈ ਤਾਂ ਮੈਂ ਮਨੁੱਖਾ ਜਨਮ ਨੂੰ ਮਹਾਨ ਆਖਦਾ, ਕਿਉਂਕਿ ਗਿਆਨ ਦੇ ਕੇਂਦਰ ਵਿੱਚ ਗਿਆਨ ਨਾਲ ਸ਼ਬਦ ਨਾਲ ਜੁੜਨ ਦਾ ਹੱਕ, ਤੇ ਸ਼ਬਦ ਨਾਲ ਜੁੜਨ ਦਾ, ਸ਼ਬਦ ਅੱਗੇ ਆਪਾਂ ਭੇਟ ਕਰਨ ਦਾ, ਸ਼ਬਦ ਦੇ ਹੁਕਮ ਵਿੱਚ ਰਹਿਣ ਦਾ, ਇਸ ਗਿਆਨ ਦੀ ਪ੍ਰਾਪਤੀ ਦਾ ਹੱਕ ਤੇ ਇਸ ਦਾ ਕੰਮ ਸਿਰਫ ਮਨੁੱਖਾ ਜਨਮ ਦਾ। ਇਸ ਲਈ ਭਾਗਾਂ ਵਾਲਾ ਹੈ ਮਨੁੱਖਾ ਜਨਮ ਜਿਹਨੂੰ ਗੁਰੂ ਸ਼ਬਦ ਨਾਲ ਜੁੜਨ ਦਾ ਚਾਂਸ ਮਿਲਿਆ। ਕਹਿਣ ਲੱਗੇ ਜਨਮ ਹੈ ਜਿਹਦੇ ਵਿੱਚ ਮਨੁੱਖ ਸ਼ਬਦ ਨਾਲ ਜੁੜ ਸਕਦਾ ਹੈ, ਸ਼ਬਦ ਨੂੰ ਸਮਝ ਸਕਦਾ ਹੈ। ਗੁਰਬਾਣੀ ਗੁਰੂ ਦੇ ਸਾਹਮਣੇ ਆਪਾਂ ਸਮਰਪਣ ਕਰਕੇ ਉਹਦੇ ਅਨੁਸਾਰ ਜੀਉ ਸਕਦਾ ਹੈ। ਇਹ ਸ਼ਕਤੀ ਤੇ ਇਹ ਸਮਝ, ਇਹ ਗਿਆਨ ਜਿਹੜਾ ਇਹ ਮਨੁੱਖ ਨੂੰ ਪ੍ਰਾਪਤ ਕਰਨ ਦਾ ਹੱਕ ਹੈ। ਕਹਿਣ ਲੱਗੇ ਇਸ ਲਈ ਮੈਂ ਮਨੁੱਖਾ ਜਨਮ ਲੋਚਨਾ, ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਇਹ ਲਾਹਾ ਤਾਂ ਕੇਵਲ ਮਨੁੱਖਾ ਜਨਮ ਨੂੰ ਮਿਲਦਾ ਹੈ। ਬਾਬਾ ਕਬੀਰ ਅਗਲੇ ਸਲੋਕ ਵਿੱਚ ਆਖਣ ਲੱਗੇ, ਕਹਿਣ ਲੱਗੇ ਕਬੀਰ ਮਾਨਸ ਜਨਮ ਦੁਲੰਬ ਹੈ, ਜੇ ਤੈਨੂੰ ਭਾਗਾਂ ਨਾਲ ਇਹ ਦੁਰਲਭ ਜਨਮ ਮਨੁੱਖਾ ਜਨਮ ਮਿਲ ਗਿਆ ਤਾਂ ਇਹਨੂੰ ਅਜਾਈ ਨਾ ਗਵਾ। ਇਹਦੇ ਵਿੱਚ ਹੀ ਗੁਰੂ ਸ਼ਬਦ ਨਾਲ ਜੁੜਿਆ ਜਾ ਸਕਦਾ ਹੈ, ਇਹਦੇ ਵਿੱਚ ਹੀ ਤੂੰ ਗੁਰੂ ਅੱਗੇ ਸਮਰਪਣ ਹੋ ਸਕਣਾ ਹੈ। ਇਸ ਲਈ ਇਹ ਵਾਰ ਵਾਰ ਨਹੀਂ ਮਿਲਣਾ, ਤੇ ਐਗਜ਼ਾਮਪਲ ਦੇ ਕੇ ਕਹਿੰਦੇ ਨੇ ਤੈਨੂੰ ਇਹ ਪਤਾ ਹੋਵੇ ਜਿਵੇਂ ਵਣ ਵਿੱਚ ਜੰਗਲ ਵਿੱਚ ਕੋਈ ਦਰਖਤ ਨਾਲ ਫਲ ਲੱਗੇ ਤੇ ਫਲ ਪੱਕ ਕੇ ਡਿੱਗ ਪਵੇ ਤੇ ਮੁੜ ਕੇ ਉਹਨੂੰ ਕੋਈ ਚਾਹੇ ਚੁੱਕ ਕੇ ਫਿਰ ਟਾਹਣੀ ਨਾਲ ਲਾ ਦਿਓ, ਇਹ ਗੱਲ ਨਾ ਮੁਮਕਿਨ ਹੈ? ਅਸੰਭਵ ਹੈ। ਟਾਹਣੀ ਨਾਲ ਟੁੱਟਿਆ ਹੋਇਆ ਫਲ ਮੁੜ ਟਾਹਣੀ ਨਾਲ ਨਹੀਂ ਲੱਗਦਾ, ਇਹ ਸੰਭਵ ਹੈ। ਕਹਿਣ ਲੱਗੇ ਇਸੇ ਤਰ੍ਹਾਂ ਮਨੁੱਖਾ ਜਨਮ ਜੇ ਤੇਰੇ ਹੱਥੋਂ ਇੱਕ ਵਾਰ ਚਲਾ ਗਿਆ ਤੇ ਫਿਰ ਵਿਸ਼ਵਾਸ ਕਰ ਇਹ ਜਨਮ ਹੱਥ ਨਹੀਂ ਆਉਣਾ। ਸਮਝਾਉਂਦੇ ਨੇ ਤੇ ਕਹਿੰਦੇ ਕਬੀਰ ਮਾਨਸ ਜਨਮ ਦੁਲੰਬ ਹੈ, ਹੋਤ ਨਾ ਵਾਰੰਬਾਰ, ਹੋਏ ਨਾ ਵਾਰੰਬਾਰ ਜਿਉ ਬਣ ਫਲ ਪੱਕ ਕੇ ਭੋਏ ਗਿਰੇ, ਜਿਉ ਬਣ ਫਲ ਪੱਕ ਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਲ
ਮੁੜ ਕੇ ਟਾਹਰੀ ਨਾਲ ਲੱਗਣਾ ਅਸੰਭਵ ਹੈ। ਇਸ ਲਈ ਕਹਿਣ ਲੱਗੇ, ਜੇ ਇੱਕ ਵਾਰ ਮਨੁੱਖਾ ਜਨਮ ਤੇਰੇ ਹੱਥੋਂ ਨਿਕਲ ਗਿਆ ਤੇ ਫਿਰ ਵਿਸ਼ਵਾਸ ਕਰ, ਕਦੋਂ ਮਿਲੇ ਨਾ ਮਿਲੇ, ਮੁੜ ਕੇ ਕਦੋਂ ਫਲ ਲੱਗੇ ਇਸ ਟਾਹਣੀ ਨੂੰ ਨਾ ਲੱਗੇ। ਇਸ ਲਈ ਚੰਗੀ ਗੱਲ ਇਹ ਹੈ ਕਿ ਜਿਸ ਜਨਮ ਅੰਦਰ ਜਿਹੜਾ ਤੈਨੂੰ ਗਿਆਨ ਗੁਰੂ ਸ਼ਬਦ ਨਾਲ ਬਾਣੀ ਗੁਰੂ ਨਾਲ ਜੁੜਨ ਦਾ ਚਾਂਸ ਮਿਲਿਆ, ਉਹ ਚਾਂਸ ਨਾ ਹੱਥੋਂ ਗੁਆ, ਕਿਉਂਕਿ ਗੁਰੂ ਅੱਗੇ, ਬਾਣੀ ਅੱਗੇ, ਸ਼ਬਦ ਅੱਗੇ ਸਮਰਪਣ ਹੋਣਾ ਅਤੇ ਆਪਣਾ ਆਪ ਭੇਟ ਕਰਨਾ, ਇਹ ਮੌਤ ਜਿਹੜੀ ਹੈ ਨਾ, ਇਹ ਜੀਵਨ ਦੇ ਜਾਂਦੀ ਹੈ। ਕਹਿਣ ਲੱਗੀ ਬਹੁਰ ਨਾ ਮਰਨਾ ਕਬੀਰ ਜੀ ਨੇ ਇੱਕ ਸਲੋਕ ਅੰਦਰ ਕਿੰਨਾ ਸਾਹਿਲ ਕਰ ਦਿੱਤਾ ਹੈ, ਕਿੱਡਾ ਆਸਾਨ ਕਰ ਦਿੱਤਾ ਹੈ। ਤੇ ਆਖਿਆ ਭਲਿਆ, ਮੌਤ ਦੀ ਕਿਰਿਆ ਇੱਕੋ ਜਿਹੀ ਹੈ, ਉਹਦੀ ਬਜਾਏ ਆ ਸਮਝ ਲੈ, ਜੇ ਤੂੰ ਗੁਰੂ ਨਾਲ ਜੁੜ ਜਾਏ, ਸ਼ਬਦ ਦੇ ਸਾਹਮਣੇ ਆਪਾਂ ਸਮਰਪਣ ਕਰਦੇ, ਤਾਂ ਇਹ ਤਰਾਸ, ਇਹ ਡਰ, ਇਹ ਭੈ ਮੌਤ ਦਾ ਖਤਮ ਹੀ ਹੋ ਜਾਏਗਾ, ਕਦੀ ਮੌਤ ਆਏਗੀ ਨਹੀਂ। ਇਸ ਲਈ ਸ਼ਬਦ ਗੁਰੂ ਨਾਲ ਜੋੜਨ ਦਾ ਫੈਸਲਾ ਦਿੱਤਾ ਤੇ ਕਹਿਣ ਲੱਗੇ, ਸ਼ਬਦ ਮਰੋ, ਲਫ਼ਜ਼ ਮਰੋ ਹੀ ਵਰਤਿਆ, ਸ਼ਬਦ ਮਰੋ ਫਿਰ ਜੀਵੋ ਸਦੀ। ਆਈ ਤਾਂ ਚਾਹੁੰਦੇ ਹਾਂ, ਸ਼ਬਦ ਮਰੋ ਫਿਰ ਜੀਵੋ ਸਦੀ,
ਤਾਂ ਫਿਰ ਮਰਨ ਨਾ ਹੋਈ। ਐਸੇ ਮਰਨੇ ਜੋ ਮਰੇ ਬਹੁਤ ਨਾ ਮਰਨਾ ਹੋਏ। ਇਹਨਾਂ ਸ਼ਬਦਾਂ ਦਾ ਫਿਲਮਾਂ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।